पंजाब दे मुख मंत्री भगवंत मान दे वालों विधानसभा दे विच बीते दिन भाजपा उत्ते एंटी पंजाब होण दे दोष लगाए गए सी, जिस दे विच उन्हां ने सुनील जाखड़ अते कैप्टन अमरिंदर सिंह नूं वी घेरिया सी, जिस दा जवाब सुनील जाखड़ दे वालों मुख्यमंत्री भगवंत मान नूं दित्ता गया। जवाब तुहानूं दस्सदिआं उस तों पहलां तुसीं मुख्यमंत्री भगवंत मान दे वालों जो बयान दित्ता गया सी भाजपा नूं एंटी पंजाब दस्सिआ सी, उह गल ਤੁਸੀਂ ਵੀ ਸੁਣ ਲਓ। ਇੰਨੇ ਪੰਜਾਬ ਵਿਰੋਧੀ ਬੀਜੇਪੀ ਵਾਲੇ ਮਨ ਹੈ ਕਿ MSP ਉਹ ਖਤਮ ਕਰ ਦਿਓ, ਪਰਾਲੀ ਇਕੱਲਾ ਪੰਜਾਬ ਹੀ ਫੂਕਦਾ ਹੈ, ਪਰਾਲੀ ਦੇ ਪਰਚੇ ਕਰੋ ਕਿਸਾਨਾਂ ਤੇ, ਇਹਨਾਂ ਨੂੰ ਇਹਨਾਂ ਦੇ ਕਰਜ਼ਾ ਦੇਣਾ ਬੰਦ ਕਰ ਦਿਓ, ਇਹਨਾਂ ਨੂੰ ਆਹ ਕਰ ਦਿਓ, RDF ਨਹੀਂ ਦੇਣਾ, ਅਗਨੀਵੀਰ ਸ਼ਹੀਦ ਹੋ ਗਿਆ ਅਸੀਂ ਲਾਸ਼ ਇੱਦਾਂ ਹੀ ਸੁੱਟ ਜਾਵਾਂਗੇ, ਅਸੀਂ ਨਹੀਂ ਸਲੂਟ ਦਿੰਦੇ ਹੁੰਦੇ। ਇੰਨੇ ਐਂਟੀ ਪੰਜਾਬ ਸਪੀਕਰ ਸਾਹਿਬ, ਇਹ ਇੰਨੇ ਪੰਜਾਬ ਵਿਰੋਧੀ ਨੇ, ਮੈਂ ਪੁੱਛਣਾ ਚਾਹੂੰਗਾ ਉਹਨਾਂ ਦੇ ਪ੍ਰਧਾਨ ਸਾਹਿਬ ਜਿਹੜੇ ਪੰਜਾਬ ਦੇ ਨੇ, ਪਹਿਲਾਂ ਇੱਧਰ ਪ੍ਰਧਾਨ ਹੁੰਦੇ ਸੀ ਅਤੇ ਉਹਨਾਂ ਦੇ ਮੁੱਖ ਸਾਬਕਾ ਮੁੱਖ ਮੰਤਰੀ ਜਿਹੜੇ ਪਹਿਲਾਂ ਇਸੇ ਸੀਟ 'ਤੇ ਬਹਿੰਦੇ ਸੀ, ਅੱਜ ਕੱਲ੍ਹ ਉੱਧਰ ਨੇ, ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੂੰਗਾ ਇੰਨਾ ਪੰਜਾਬ ਵਿਰੋਧੀ ਫੈਸਲੇ 'ਤੇ ਫਿਰ ਵੀ ਤੁਸੀਂ ਚੁੱਪ ਹੋ? ਜੇ ਉਹਨਾਂ ਦਾ ਵਸ ਚੱਲਦਾ ਹੁੰਦਾ ਨਾ, ਇਹ ਜਨਗਣ ਮਨ 'ਚੋਂ ਵੀ ਪੰਜਾਬ ਕੱਢ ਦਿੰਦੇ। ਇਸੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਨੀਲ ਜਾਖੜ ਦੇ ਵੱਲੋਂ ਜਵਾਬ ਦਿੱਤਾ ਗਿਆ। ਉਹਨਾਂ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕਾਂਗਰਸ ਦੇ ਨਾਲ ਮਿਲੇ ਹੋਣ ਦੇ ਅਤੇ ਉਹਨਾਂ ਦੇ ਡਰੇ ਹੋਣ ਦੇ ਦੋਸ਼ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਵਾਜ਼ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਬੋਲ ਰਹੇ ਸੀ, ਪਰ ਉਹਨਾਂ ਦੇ ਜੋ ਬੋਲ ਸੀ ਉਹ ਕਾਂਗਰਸ ਪਾਰਟੀ ਦੇ ਸਨ। ਤਾਂ ਉਹਨਾਂ ਦਾ ਕਹਿਣਾ ਕਿ ਦੋਨੇ ਪਾਰਟੀਆਂ ਹੁਣ ਡਰੀਆਂ ਹੋਈਆਂ ਨੇ, ਜੋ ਭਾਜਪਾ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਅਤੇ ਦੋਨੇ ਪਾਰਟੀਆਂ ਦੇ ਲੀਡਰ ਉਸ ਦੇ ਵਿੱਚ ਫਸ ਰਹੇ ਨੇ। ਇਸੇ ਨੂੰ ਦੇਖਦਿਆਂ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਲੀਡਰ ਸਾਡੇ ਖਿਲਾਫ਼ ਬੋਲ ਰਹੇ ਨੇ। ਉਹਨਾਂ ਦਾ ਕਹਿਣਾ ਕਿ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਅਸੀਂ ਇਹਨਾਂ ਦੇ ਨਾਲ ਭਾਜਪਾ ਦੇ ਵੱਲੋਂ ਪੰਜਾਬ ਦੇ ਨਾਲ ਕੋਈ ਧੋਖਾਧੜੀ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਕਿ ਅਸੀਂ ਪੰਜਾਬ ਦੇ ਲਈ ਪਹਿਲਾਂ ਵੀ ਕੰਮ ਕਰ ਰਹੇ ਸੀ ਅਤੇ ਹੁਣ ਵੀ ਕੰਮ ਭਾਜਪਾ ਪੰਜਾਬ ਦੇ ਲਈ ਕਰ ਰਹੀ ਹੈ। ਉਹਨਾਂ ਨੇ ਆਪਣਾ ਟਵੀਟ ਜੋ ਕੀਤਾ ਉਸ ਦੇ ਵਿੱਚ ਆਖਿਆ, ਕੱਲ੍ਹ ਵਿਧਾਨ ਸਭਾ ਵਿੱਚ ਆਵਾਜ਼ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੀ, ਪਰ ਬੋਲੀ ਕਾਂਗਰਸ ਦੀ ਸੀ। ਡਰ ਦੋਨਾਂ ਦਾ ਸਾਂਝਾ ਹੈ। ਆਮ ਆਦਮੀ ਪਾਰਟੀ ਦੇ ਨਵੇਂ ਨਵੇਂ ਸਾਥੀ ਬਣੇ ਕਾਂਗਰਸ ਦੇ ਅਤੇ ਆਪਣੇ ਸੀਨੀਅਰ ਲੀਡਰਾਂ ਦੇ ਭ੍ਰਿਸ਼ਟਾਚਾਰ ਅਤੇ ਕਾਨੂੰਨ ਦੀ ਦਬਿਸ਼ ਦੇ ਕਾਰਨ ਉਹਨਾਂ ਵਿੱਚ ਡਰ ਬੋਲ ਰਿਹਾ ਹੈ, ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਦੇ ਖਿਲਾਫ਼ ਹੈ। ਭਾਜਪਾ ਹਮੇਸ਼ਾ ਪੰਜਾਬ ਦੇ ਹਿੱਤ ਲਈ ਕੰਮ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ ਅਤੇ ਇਸਨੂੰ ਕਿਸੇ ਅਜਿਹੇ ਵਿਅਕਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਜੋ ਖੁਦ ਕਿਸੇ ਹੋਰ ਦੇ ਇਸ਼ਾਰਿਆਂ 'ਤੇ ਚੱਲਦਾ ਹੋਵੇ। ਕਿਤੇ ਭ੍ਰਿਸ਼ਟਾਚਾਰਾਂ ਦਾ ਹਿਸਾਬ ਤਾਂ ਲੋਕ ਲੈ ਕੇ ਰਹਿਣਗੇ, ਪੰਜਾਬ ਮੰਗਦਾ ਜਵਾਬ। ਇਹ ਗੱਲ ਸੁਨੀਲ ਜਾਖੜ ਦੇ ਵੱਲੋਂ ਟਵੀਟ ਕਰਕੇ ਆਖੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਪੰਜਾਬ ਹੋਣ ਦਾ ਦੋਸ਼ ਲਗਾਇਆ ਸੀ ਭਾਰਤੀ ਜਨਤਾ ਪਾਰਟੀ ਦੇ ਉੱਤੇ, ਸੁਨੀਲ ਜਾਖੜ ਦੇ ਉੱਤੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਜਿਸ ਦਾ ਜਵਾਬ ਉਹਨਾਂ ਨੇ ਇਸ ਤਰੀਕੇ ਦੇ ਨਾਲ ਦਿੱਤਾ ਹੈ ਅਤੇ ਆਖਿਆ ਕਿ ਦੋਨੇ ਪਾਰਟੀਆਂ ਡਰੀਆਂ ਹੋਈਆਂ ਅਤੇ ਡਰ ਕਾਰਨ ਹੀ ਅਜਿਹੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ। ਉਹਨਾਂ ਦਾ ਕਹਿਣਾ ਕਿ ਬੋਲ ਤਾਂ ਭਾਵੇਂ ਭਗਵੰਤ ਮਾਨ ਰਹੇ ਸੀ ਪਰ ਬੋਲੀ ਕਾਂਗਰਸ ਦੀ ਉਹਨਾਂ ਦੇ ਵੱਲੋਂ ਬੋਲੀ ਜਾ ਰਹੀ ਸੀ। ਉਹਨਾਂ ਦਾ ਕਹਿਣਾ ਕਿ ਜੋ ਕਿਸੇ ਹੋਰ ਦੇ ਇਸ਼ਾਰਿਆਂ 'ਤੇ ਚੱਲਦਾ ਉਹਨਾਂ ਦੇ ਸਰਟੀਫਿਕੇਟ ਦੀ ਸਾਨੂੰ ਕੋਈ ਲੋੜ ਨਹੀਂ ਹੈ, ਅਸੀਂ ਭਾਜਪਾ ਪੰਜਾਬ ਦੇ ਲਈ ਪਹਿਲਾਂ ਵੀ ਕੰਮ ਕਰ ਰਹੇ ਸੀ ਅਤੇ ਹੁਣ ਵੀ ਕਰ ਰਹੇ ਹਾਂ, ਅੱਗੇ ਵੀ ਕਰਦੇ ਰਹਾਂਗੇ। ਦੋਨਾਂ ਦੇ ਵਿੱਚੋਂ ਤੁਹਾਨੂੰ ਕੌਣ ਸਹੀ ਲੱਗਦਾ ਕਿ ਮੁੱਖ ਮੰਤਰੀ ਦਾ ਜੋ ਦੋਸ਼ ਹੈ ਭਾਜਪਾ ਦੇ ਉੱਤੇ ਐਂਟੀ ਪੰਜਾਬ ਹੋਣ ਦਾ ਉਹ ਤੁਹਾਨੂੰ ਸਹੀ ਲੱਗਦਾ ਹੈ, ਜਾਂ ਫਿਰ ਭਾਜਪਾ ਦੇ ਵੱਲੋਂ ਜੋ ਜਾਖੜ ਨੇ ਜਵਾਬ ਦਿੱਤਾ ਕਿ ਅਸੀਂ ਪੰਜਾਬ ਦੇ ਲਈ ਕੰਮ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ, ਉਹ ਸਹੀ ਲੱਗਦਾ ਹੈ? ਆਪਣੀ ਰਾਏ ਇਸ ਬਾਰੇ ਜ਼ਰੂਰ ਦਿਓ। ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।